ਅੱਜ ਅਸੀਂ ਤੁਹਾਨੂੰ ਦੱਸਣਾ ਜੀ, ਜਿਹੜੇ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਤੁਹਾਨੂੰ ਫੋਨ ਆਉਂਦੇ ਨੇ ਉਹਨਾਂ ਦੇ ਪਿੱਛੇ ਕਾਰਨ ਕੀ ਹੁੰਦਾ, ਤਾਂ ਕਿ ਜਿਹੜਾ ਤੁਹਾਨੂੰ ਫੋਨ ਆ ਰਿਹਾ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਵੀ ਇਹ ਮੈਂ ਚੱਕਣਾ ਜਾਂ ਨਹੀਂ ਚੱਕਣਾ। ਸਭ ਤੋਂ ਪਹਿਲੇ ਨੰਬਰ 'ਤੇ ਜੀ ਟਾਈਮ ਆ 11 ਤੋਂ 12, 12 ਤੋਂ 1 ਦੁਪਹਿਰੇ। ਅਗਰ ਤੁਹਾਡਾ ਕੋਈ ਯਾਰ ਮਿੱਤਰ ਤੁਹਾਨੂੰ ਫੋਨ ਲਾ ਕੇ ਫਿਊਚਰ ਪਲਾਨ ਡਿਸਕਸ ਕਰ ਰਿਹਾ, ਉਹ ਤੂੰ ਉਹਦੇ 'ਚ ਸ਼ੇਅਰ ਮਾਰਕੀਟ 'ਚ ਪੈਸੇ ਇਨਵੈਸਟ ਕਰ ਦੇ, ਉੱਥੋਂ ਰੀਅਲ ਸਟੇਟ 'ਚ ਆ ਜਾ, ਹੁਣ ਆਪਦਾ ਬਿਜ਼ਨਸ ਕਰਨ ਦਾ ਟਾਈਮ ਆ ਗਿਆ, ਮਤਲਬ ਤੁਹਾਨੂੰ ਫਿਊਚਰ ਪਲਾਨ ਦੇ ਰਿਹਾ, ਮੋਟੀਵੇਟ ਕਰ ਰਿਹਾ, ਤਾਂ ਸਿੱਧਾ ਹਿਸਾਬ ਹੈ ਬਾਈ ਜੀ, ਜੇ ਉਹਦਾ ਮਾਲ ਚੱਲਿਆ ਵਿਆ ਤਾਂ ਉਹਨੂੰ ਖਰੀ ਕਰਨ ਨੂੰ ਕੋਈ ਬੰਦਾ ਨਹੀਂ ਮਿਲ ਰਿਹਾ, ਬਸ ਗੱਲ ਸਿੱਧੀ ਆ। ਜੇ ਤਾਂ ਮਾਲ ਆਇਆ ਹੋਵੇ ਵਧੀਆ, ਇੱਧਰੋਂ MP ਕਰਨੀ ਹੋ, ਫਿਰ ਤਾਂ ਪਤੰਦਰ ਬੀਰਬਲ ਹੀ ਬਣ ਜਾਂਦੇ ਨੇ, ਐਂ ਲੱਗਦਾ ਹੁੰਦਾ ਵੀ ਅੱਜ ਭਲ ਕੇ ਅਕਬਰ ਬਣਾ ਦੇਣਗੇ ਤਾਂ ਮੈਨੂੰ ਵੀ ਤਖ਼ਤ 'ਤੇ ਬੈਠਾ ਹੂੰ ਮੈਂ, ਇੰਨਾ ਮੋਟੀਵੇਟ ਕਰਦੇ ਨੇ। ਅਤੇ ਜੇ ਕਿਤੇ ਆ ਜੇ ਮਾਲ ਮਾੜਾ, ਫਿਰ ਜਮਾਂ ਮਿਹਨਤ ਤਰਲੇ 'ਤੇ ਆ ਜਾਣਗੇ, ਉਹ ਮੀਤ ਨੂੰ ਕਹਿ ਕੇ ਹੁਣ ਚੰਡੀਗੜ੍ਹ ਕੋਈ ਪਾਰਕਿੰਗ ਤਾਂ ਲੈ ਲਾ, ਉੱਥੇ ਮੂਹਰੇ ਬਹਿ ਕੇ ਪਰਚੀਆਂ ਕੱਟ ਲਿਆ ਕਰਾਂਗੇ ਆਪਾਂ। ਸੋ ਇਹ ਫੋਨਾਂ ਤੋਂ ਬਚੋ ਜੀ, ਸਵੇਰੇ 11 ਤੋਂ 1 ਵਜੇ ਵਾਲੇ ਇਹ ਮਾਲ ਵਾਲੇ ਫੋਨ ਹੁੰਦੇ ਨੇ ਬਾਈ ਜੀ, 80% ਜਨਤਾ ਖਾਂਦੀ ਆ, ਇਹਨਾਂ ਦੇ ਜਿਹੜੇ ਅੰਦਰ ਫੇਕ ਡੋਪਾਮਾਈਨ ਰਿਲੀਜ਼ ਹੁੰਦੇ ਨੇ ਉਹ ਤੁਹਾਡੇ 'ਤੇ ਨਿਕਲ ਰਹੇ ਨੇ। ਹੁਣ ਦੂਜੇ ਨੰਬਰ 'ਤੇ, ਅਗਰ ਤੁਹਾਨੂੰ ਫੋਨ ਆਉਂਦਾ ਜੀ 1 ਵਜੇ ਤੋਂ ਲੈ ਕੇ 4 ਵਜੇ ਤੱਕ ਦੁਪਹਿਰੇ, ਉਹ ਬੰਦਾ ਤੁਹਾਡੇ ਪਾਸਟ ਬਾਰੇ ਡਿਸਕਸ ਕਰ ਰਿਹਾ, ਕੁਛ ਡੂੰਘੀ ਜਿਹੀ ਆਵਾਜ਼ ਆਊਗੀ, ਐਂ ਕਹੀ ਜਾਊਗਾ ਉਹ ਹੈਲੋ ਮਨਾਲੀ, ਉਹ ਸੱਚ ਭਾਈ ਮੈਂ ਤੈਨੂੰ ਗੱਲ ਕਰਨੀ ਭੁੱਲ ਗਿਆ, ਤੇਰੇ ਵਾਲਾ ਜਿਹੜਾ ਦੂਜਾ ਮਸਲਾ ਸੀ ਉਹ ਤਾਂ ਆਪਣਾ ਪਟਿਆਲੇ ਬਿੰਨੀ ਹੈਗਾ ਬਾਈ, ਥਾਣੇਦਾਰ ਯਾਰ ਰਘਬੀਰ ਲੱਗਿਆ ਵਿਆ CI 'ਚ, ਆਪਾਂ ਜਿਹਦੋਂ ਮਰਜ਼ੀ ਕਹਾ ਲਈਏ, ਮੈਨੂੰ ਐਂ ਸੀ ਉਹ ਹੋ ਗਿਆ ਹੱਲ ਕਿ ਨਹੀਂ, ਉਹ ਮਸਲਾ ਚਾਹੇ ਨਿਬੜ ਨਿਬੜਾ ਕੇ ਭੈਣਾਂ ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ 'ਚ ਵੀ ਜਾਣ ਲੱਗ ਗਿਆ ਬੰਦਾ, ਉਹੀ ਖਿੱਚੀ ਫਿਰਨਗੇ। ਇਹ ਫੋਨ ਆਉਣ ਦੇ ਪਿੱਛੇ ਕਾਰਨ ਸਿੱਧਾ ਬਾਈ ਜੀ, ਜਾਂ ਤਾਂ ਬੰਦਾ ਚੰਡੀਗੜ੍ਹੋਂ ਪਿੰਡ ਨੂੰ ਜਾ ਰਿਹਾ ਜਾਂ ਪਿੰਡੋਂ ਚੰਡੀਗੜ੍ਹ ਨੂੰ ਆ ਰਿਹਾ, ਉਹਦੀ ਬਾਟ ਨਹੀਂ ਨਿਬੜ ਰਹੀ। ਸਪਾਊਟੀ ਬਾਈ ਆਪਣੇ ਵਾਲਿਆਂ ਕੋਲ ਫ੍ਰੀ ਵਾਲਾ ਹੁੰਦਾ, ਉਹ 'ਚ ਐਡਾਂ ਵਾਲੀਆਂ ਆਉਂਦੀਆਂ ਨੇ, ਇਹਨਾਂ ਨੂੰ ਹੁੰਦਾ ਵੀ ਯਾਰ ਕਿਹਦਾ ਟਾਈਮ ਚੱਕੀਏ ਯਾਰ, ਜਿਹੜਾ ਬਾਟ ਨਿਬੇੜ ਦੇਵੇ ਯਾਰ, ਕਿਹਨੂੰ ਫੋਨ ਲਾਵਾਂ, ਕਿਹਦਾ ਮਸਲਾ ਚੱਲੀ ਜਾਂਦਾ। ਤੁਸੀਂ ਦੇਖਿਓ ਜਦੋਂ ਉਹਦੀ ਬਾਟ ਨਿਬੜੀ ਜਾਊ, ਮੰਨ ਲਓ ਪਿੰਡੋਂ ਚੰਡੀਗੜ੍ਹ ਨੂੰ ਆ ਰਿਹਾ, ਜਦੋਂ ਜਿਵੇਂ ਜਿਵੇਂ ਉਹਦੀ ਬਾਟ ਨਿਬੜੀ ਜਾਊ, ਪਹਿਲਾਂ ਤਾਂ ਉਹ ਪੂਰਾ ਉੱਚੀ ਉੱਚੀ ਬੋਲੂ, ਐਂ ਕਰ ਦਾਂਗੇ, ਉਹ ਕਰ ਦਾਂਗੇ, ਤੋਂ ਕਹਾ ਦਾਂਗੇ, ਤੋਂ ਜਿਵੇਂ ਜਿਵੇਂ ਉਹਦੀ ਬਾਟ ਨਿਬੜੀ ਜਾਊ ਉਹਦੀ ਟੋਨ ਬਦਲੀ ਜਾਊ, ਹਾਂ ਹਾਂ ਇਹ ਤਾਂ ਹੈ, ਆਹੋ ਸਮਝ ਲਓ ਰਾਜਪੁਰਾ ਆ ਗਿਆ, ਹੈਂ ਹਾਂ 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 ਹਾਂ, ਨਹੀਂ ਨਹੀਂ ਠੀਕ ਆ ਵੀ। ਐਂਡ 'ਤੇ ਜਦੋਂ ਉਹ ਫਲੈਟ 'ਤੇ ਪਹੁੰਚ ਗਿਆ ਜਾਂ ਉਹਦਾ ਘਰ ਆ ਗਿਆ, ਉਹਨੇ ਫੋਨ ਕੱਟਣਾ ਪਤਾ ਕਿਵੇਂ ਹੁੰਦਾ, ਆਹੋ ਚੱਲ ਠੀਕ ਆ, ਤਾਂ ਤੂੰ ਵੀ ਸਿਆਣਾ, ਚੱਲ ਦੇਖ ਲਾ ਜਿਵੇਂ ਮਰਜ਼ੀ ਕਰ ਲਾ, ਠੀਕ ਆ ਫਿਰ ਕੱਲ੍ਹ ਨੂੰ ਕਰਦਾ ਫੋਨ। ਸਿਰਫ ਬਾਟ ਨਿਬੇੜਨੀ ਸੀ, ਹੋਰ ਕੋਈ ਉਹਨੂੰ ਤੁਹਾਡੇ ਮੇਰੇ ਹਾਲੇ ਐਂ ਫਿਕਰ ਦਿਖਾਉਣਗੇ ਵੀ ਭਾਪੇ ਤੋਂ ਬਾਅਦ ਇਹਨੂੰ ਹੀ ਮੇਰਾ ਫਿਕਰ ਆ ਵੀ ਇਹਦਾ ਕੀ ਬਣੂੰਗਾ, ਕੋਈ ਲੈਣਾ ਦੇਣਾ ਨਹੀਂ, ਬਾਟ ਨਿਬੜ ਰਹੀ ਹੈ ਸਿਰਫ ਬਸ। ਹੁਣ ਅਗਲਾ ਕੋਈ ਬੰਦਾ ਤੁਹਾਡਾ ਫੋਨ ਸੁਣਦਾ ਸੁਣਦਾ ਮੂਹਰੋਂ, ਪੂਰੀ ਜ਼ਰੂਰੀ ਗੱਲ ਚੱਲ ਰਹੀ ਆ, ਤੁਸੀਂ ਮੰਨ ਲਓ ਐਂ ਕਹਿ ਰਹੇ ਹੋ ਉਹ ਮੈਂ ਤਾਂ ਮੇਰੇ ਸਹੁਰੇ ਤੋਂ ਵੀ ਕਹਾਤਾ ਸੀ, ਬੈਠੇ ਸੀ ਸਾਰੇ ਉੱਥੇ, ਐਂ ਨਿਬੜੀ, ਉਹ ਇੰਨੀ ਸੀਰੀਅਸ ਗੱਲ 'ਚੋਂ ਵੀ ਜੇ ਐਂ ਕਹਿ ਰਹਿਣਾ, ਹੈ ਹੈ ਕਿਵੇਂ ਦੁਬਾਰਾ ਦੱਸੀ, ਰੇਂਜ ਟੁੱਟ ਗਈ, ਕੋਈ ਰੇਂਜ ਨਹੀਂ ਟੁੱਟੀ, ਰੀਲਾਂ ਦੇਖੀ ਜਾਂਦਾ ਜਾਂ ਚੈਟ ਕਰਦਾ, ਐਡਾ ਕਿ ਤੂੰ ਰੇਂਜ ਟੁੱਟਣ ਨੂੰ ਸਿੰਗਾਪੁਰ ਏਅਰਲਾਈਨ 'ਚ ਨਾ ਡਿਜ਼ਾਇਰ 'ਚ ਬੈਠਾ, ਕੋਈ ਰੇਂਜ ਰੂੰਜ ਨਹੀਂ ਟੁੱਟਦੀ ਇੱਥੇ, ਮੁਲਕ ਨੂੰ ਫੋਨ ਲਾ ਕੇ ਚੈਟ ਕਰਨ ਦੀ ਐਡੀ ਆਦਤ ਪੈ ਗਈ, ਜਦੋਂ ਤੁਹਾਨੂੰ ਬੰਦੇ ਨੇ ਮੂਹਰੋਂ ਕਹਿ ਤਾ ਕਿਵੇਂ, ਸਮਝ ਲਓ ਜਾਂ ਰੀਲਾਂ ਦੇਖੀ ਜਾਂਦਾ ਜਾਂ ਚੈਟ ਉਹਨੂੰ ਉਹਦੀ ਕਹਿ ਰਹੇਗਾ ਵੀ ਰਿਹਾ ਕੰਮ ਨਿਬੇੜ ਕੇ ਫੇਰ ਕਰੀ। ਹੁਣ ਅਗਲਾ ਆਉਂਦਾ ਜੀ, ਤੁਹਾਨੂੰ ਕੋਈ NRI ਫੋਨ ਕਰਦਾ ਬਾਹਰਲੇ ਨੰਬਰ ਤੋਂ, ਸਿੱਧਾ ਹੀ ਹਾਲ ਚਾਲ ਪੁੱਛਣ ਤੋਂ ਬਾਅਦ ਇਹ ਕਹਿ ਰਿਹਾ, ਓਏ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਪ੍ਰਧਾਨ, ਹੁਣ ਭਰ ਲਾ ਕਾਗਜ਼ ਕੂਜ, ਹੁਣ ਤਾਂ ਰੈਂਪੀ ਵੀ ਆ ਗਿਆ ਉਰੇ ਹਰਬੰਸਕਿਆਂ ਵਾਲਾ, ਉਹ ਵਧੀਆ ਹੁਣ ਕਾਨੂੰਨ ਬਦਲੇ ਨੇ PRB ਛੇਤੀ, ਉਹ ਬਰੇ ਕਿਹੜੀਆਂ PR ਬੰਦੇ ਨੇ ਸਿੱਧਾ ਬਿਣੀ ਪੈਗ ਤੋਂ ਅਮਰੀਕਾ ਦਾ ਲੋਡ ਚੱਕਿਆ ਵਾ, ਉਹਦੀ ਬਾਟ ਨਹੀਂ ਨਿਬੜ ਰਹੀ, ਇਹ ਸਾਰੀਆਂ ਐਕਸਪਾਇਰਡ LMIਆਂ ਨੇ, ਕੁਛ ਨਹੀਂ ਹੈਗਾ ਇਹ 'ਚੋਂ, ਕੋਈ ਰੈਂਪੀ ਨਹੀਂ ਗਿਆ ਉੱਥੇ, ਕੋਈ ਮਰੀ ਜਾਣੋ ਰੈਂਪੀ ਚਾਹੇ ਵਿਆਹ ਕਰਾ ਕੇ ਗਿਆ ਹੋਵੇ, ਉਹੀ LMIਆਂ 'ਤੇ ਦਬਾ ਕੱਟੋ ਫੋਨ ਜਿੰਨੀ ਛੇਤੀ ਹੋ ਸਕਦਾ, ਕਿਉਂਕਿ ਟਰੱਕਾਂ ਵਾਲਿਆਂ ਦੇ ਲੋਕ ਹਟ ਕੇ ਫੋਨ ਚੱਕਣੋ, ਫਿਰ ਉਹ ਪਹਿਲਾਂ ਲਾਲਚ ਸਿੱਟਦੇ ਨੇ ਵੀ ਇਹਨਾਂ ਨੂੰ ਦਿਖਾਈਏ ਵੀ ਤੇਰੇ ਕਾਗਜ਼ ਭਰਨ ਲਈ ਫੋਨ ਕੀਤਾ ਮੈਂ ਤਾਂ, ਵੀ ਹੁਣ ਤਾਂ ਕੱਟੂਗਾ ਨਹੀਂ ਬਾਈ, ਇਹ ਸਾਰੀਆਂ ਐਕਸਪਾਇਰਡ LMIਆਂ ਨੇ, ਕਾਗਜ਼ਾਂ 'ਚ ਹੁੰਦੀਆਂ ਹੀ ਨਹੀਂ, ਜਿਹਦੇ ਥਰੂ ਤੁਹਾਨੂੰ ਰੈਂਪੀ ਸੱਦਿਆ ਨਾ, ਜਿਹਦੇ ਥਰੂ ਤੁਹਾਨੂੰ ਸੱਦੀ ਜਾਂਦਾ,
ਕੋਈ ਲੈਣਾ ਦੇਣਾ ਨਹੀਂ, ਨਾਲ ਦੀ ਨਾਲ ਕੱਟ ਦਿਓ, ਕੋਈ ਲੋੜ ਨਹੀਂ ਹੈਗੀ। ਚੌਥੇ ਨੰਬਰ 'ਤੇ ਅਗਰ ਤੁਹਾਨੂੰ ਬਾਹਰਲੇ ਨੰਬਰ ਤੋਂ ਫੋਨ ਆਉਂਦਾ ਤਾਂ ਬੰਦਾ ਫੋਨ ਕਰਨ ਅਨੁਸਾਰ ਐਂ ਕਹਿਣ ਲੱਗ ਜਾਂਦਾ, ਉਹ ਮੈਂ 22 ਦਸੰਬਰ ਦੀ ਲੈ ਲਈ ਟਿਕਟ, ਹਾਂ ਹਾਂ ਆ ਜਾਓ ਤੂੰ ਤੇ ਕੌਰੀ ਆ ਜਾਓ ਮੂਹਰੇ, ਆਪਾਂ ਨਾ ਦਿੱਲੀ ਉੱਤਰ ਸਾਰੀ ਜੈਪੁਰ ਨੂੰ ਜਾ ਵੜਨਾ, ਭਾਵੇਂ ਉੱਥੇ JW ਕਰਾਵਾਂਗੇ ਬੁੱਕ, ਫਿਰ 2 ਦਿਨ ਲਾਵਾਂਗੇ ਉਦੈਪੁਰ, ਗੁਜਰਾਤ ਗਜਰੂਤ ਵਿੱਚ ਦੀ ਬੰਬੇ ਵਾਲਾ ਟੂਰ, ਸਾਰਾ ਇੰਡੀਆ ਰੋਡ ਟੂਰ ਕਰਨਾ ਆਪਾਂ। ਤਾਂ ਬਾਈ ਸਮਝ ਲਓ ਸਿੱਧਾ ਹਿਸਾਬ ਹੈ, ਬੰਦਾ NRI ਆ ਜਿਹੜਾ ਉਹ ਬੇਸਮੈਂਟ 'ਚ ਬੈਠਾ, ਟੈਲੀਵਿਜ਼ਨ ਉਹਨੇ ਲਾਇਆ ਵਿਆ, ਮੂਹਰੇ ਟੇਬਲ ਸਜਾਇਆ, ਟੇਬਲ 'ਤੇ ਲੱਤਾਂ ਰੱਖੀਆਂ, ਸ਼ਾਇਰੀ ਮਾਨ ਬਾਈ ਵਾਂਗੂ ਬੈਠਾ, ਕੋਲੇ ਨਮਕੀਨ, ਆਈਸ ਕਿਊਬਾਂ, ਗਲਾਸ, ਸੁਭਾਸ, ਹੈਨਸੀ, ਜੈਮਸਨ ਜਿਹੜੀਆਂ ਬਾਹਰ ਚੱਲਦੀਆਂ ਨੇ ਰੱਖੀ ਵਿਆ, ਬਾਈ ਪੇਗ ਲੱਗਿਆ ਵਾ ਬੰਦੇ ਦਾ, ਪੈਗ 'ਚੋਂ ਬੋਲ ਰਿਹਾ ਉਹ, ਜਿੱਦਣੇ ਉਰੇ ਦਿੱਲੀ ਉੱਤਰਿਆ ਨਾ ਜੈਪੁਰ ਦਾ ਕਿਹੜਾ, ਇਹਨਾਂ ਤੋਂ ਘਰ ਵਾਲੀਆਂ ਦੇ ਜੂੜੇ ਨਹੀਂ ਲੋਟ ਆਉਂਦੇ, ਇੱਥੇ ਆਉਂਦੇ ਸਾਰੀ ਆਹ ਪਤਨੀ ਭਰਜਾਈ ਨੂੰ ਸਲੂਨ 'ਚ ਲੈ ਜਾਣਾ ਜਾਂਦੇ ਵੇ, ਆਉਂਦੇ ਵੇ ਚੱਕ ਲਿਆਵਾਂਗੇ, ਕਿਹੜੀ ਗੱਲ ਹੋਣੀ ਆ ਯਾਰ, ਕੋਈ ਕੰਮ ਨਹੀਂ ਹੁੰਦਾ, ਕਿਹੜਾ ਜੈਪੁਰ ਇੱਥੇ ਮੰਗਣਿਆਂ 'ਤੇ ਖਿੱਚੀ ਫਿਰਨਗੇ ਤੁਹਾਨੂੰ, ਘਰੇ ਇਹਦੇ ਜਾਣਾ ਆਪਾਂ, ਇਹਦੇ ਸ਼ਗਨ ਫੜਾਈ, ਇਹਦੇ ਸ਼ਗਨ, ਇਹ ਫੋਨ ਫਾਨ ਨਾ ਸੁਣਿਆ ਕਿ ਉਹ ਟਾਈਮ ਚੱਕਣ ਵਾਲੇ ਫੋਨ ਹੁੰਦੇ ਨੇ ਇਹ ਸਾਰੇ। ਅੱਛਾ ਫਿਰ ਜਦੋਂ ਵਿੱਚ ਦੀ ਇਹੋ ਜਿਹੀਆਂ ਟੂਨਾਂ ਆਉਣ ਲੱਗ ਗਈਆਂ, ਹੋਰ ਸੁਣਾ, ਹੋਰ ਸੁਣਾ, ਫਿਰ ਫੋਨ ਕੱਟਣ ਦੇ ਕਗਾਰ 'ਤੇ ਆ, ਕਿਉਂਕਿ ਪਊਆ ਰਹਿ ਗਿਆ, ਬਚੋ ਇਹ ਫੋਨਾਂ ਕੋਲ ਦਾ, ਟਾਈਮ ਸੇਵ ਕਰੋ, ਵਿਹਲੜੋ, ਟਾਈਮ ਬਚਾਓ, ਟਾਈਮ ਹੀ ਅੱਜ ਦੇ ਟਾਈਮ ਦੀ ਸੰਪਤੀ ਹੈ, ਆਪਣੇ ਕੋਲ ਪਲਾਟ ਤਾਂ ਹੈ ਨਹੀਂ, ਟਾਈਮ ਹੈਗੇ, ਇਹਨਾਂ ਨੂੰ ਤਾਂ ਬਚਾ ਲਓ, ਕਿਉਂ ਸਸਤੇ ਭਾਅ ਵੇਚੀ ਜਾਂਦੇ ਹੋ, ਇਹ ਵੀ ਵਧੂ ਆਉਣ ਵਾਲੇ ਟਾਈਮ 'ਚ ਚੜੂ ਕੰਜਰ ਦਿਓ, ਜਿਵੇਂ ਗਜਾਂ 'ਚ ਵਿਕਦਾ ਐਂ ਸਕਿੰਟਾਂ 'ਚ ਵੇਚਾਂਗੇ, ਥੋੜ੍ਹਾ ਟਕਿਆ ਰੱਖੋ, ਊਂ ਨਾ ਜੀਭ ਸੱਟ ਲਿਆ ਕਰੋ ਦੇਖ ਕੇ ਬੋਤਲ, ਹਾਏ ਬਾਈ ਬਾਹਰੋਂ ਆਊਗਾ ਇਹਦੇ ਨਾਲ ਪੀਵਾਂਗੇ, ਕੀ ਲੱਗਿਆ ਯਾਰ, ਇਹਦਾ ਜਿਵੇਂ ਉਹ ਫੀਮ ਖਾ ਕੇ ਪਹਿਲਾਂ ਬੁੜੇ ਜ਼ਮੀਨ ਵੇਚ ਦਿੰਦੇ ਸੀ, ਐਂ ਤੁਸੀਂ ਦਾਰੂ ਪੀ ਕੇ ਉਹਦਾ ਟਾਈਮ ਵੇਚੀ ਜਾਂਦੇ ਹੋ, ਬਾਹਰ ਲੈ ਲਓ ਕੋਠੀਆਂ ਕਾਠੀਆਂ ਦੀਆਂ ਚਾਬੀਆਂ ਫੜਾਂਗੇ, ਤੁਸੀਂ ਟਕਾ ਤਾਂ ਰੱਖੋ, ਮੈਂ ਜੂਨੀਅਰ ਹੋਰ ਕੰਮ ਬਣਾਈ ਆ, ਮੂੰਹ ਚੱਕਦੇ ਉਹਨਾਂ ਨਾਲ 2-2 ਘੰਟੇ ਫੋਨ ਕਰਿਆ, ਐਟੀਟਿਊਡ ਬਿਲਡ ਕਰੋ ਆਪਦਾ, ਚਾਹੇ ਵਿਹਲੇ ਪਏ ਹੋ ਤਾਂ ਵੀ ਕਹੇਗਾ ਯਾਰ ਬਿਜ਼ੀ ਆ, ਜੇ ਬਾਸੀ ਵੀ ਆਉਂਦੀ ਹੈਗਾ ਯੋਗਾ ਕਰਦਾ ਸੀ। ਹੁਣ ਅਗਲੇ ਨੰਬਰ 'ਤੇ ਅਗਰ ਤੁਹਾਨੂੰ ਕੋਈ ਬੰਦਾ ਫੋਨ ਕਰਕੇ ਇਹ ਪੁੱਛ ਰਿਹਾ, ਹੋਰ ਬਾਈ ਜੀ ਕੀ ਹਾਲ ਨੇ, ਬਾਹਰੋਂ ਜਾਂ ਲੋਕਲੀ ਸੀਗੇ, ਤਾਂ ਵੀਰੇ ਕੋਸ਼ਿਸ਼ ਕਰੋ ਫੋਨ ਕੱਟ ਦਿਓ, ਇਹ ਬਾਹਰ ਲੋਕਲ ਵਾਲਾ ਜਿਹੜਾ ਸਵਾਲ ਹੁੰਦਾ ਤਾਂ ਘੱਟੋ ਘੱਟ 1.5-2 ਲੱਖ ਰੁਪਇਆ ਧਾਰਾ ਮੰਗੂ ਬੰਦਾ, ਅਤੇ ਮੈਂ ਤੁਹਾਨੂੰ ਦੱਸਦਾ ਇਸ ਤੋਂ ਬਾਅਦ ਉਹਨੇ ਲੋਕਲ ਨਹੀਂ ਰਹਿਣਾ, ਉਹ ਬਾਹਰ ਜਾਊ, ਇਹ ਕਲੀਅਰ ਹੈ, ਧਾਰ ਧੂਰ ਨਹੀਂ ਮੁੜਿਆ ਅੱਜ ਤਾਈਂ ਯਾਰ, ਅਤੇ ਧਾਰ ਵਿਚਰੇ ਵੀ ਇੰਨੇ ਮਾੜੇ ਨੇ ਨਾ, ਇਹ ਨਹੀਂ ਲੋਟਾਉਂਦੇ, ਬਚੋ ਜਿੰਨਾ ਹੋ ਸਕਦਾ। ਅੱਛਾ ਜਿਹੜਾ ਬੰਦਾ ਤੁਹਾਨੂੰ ਚੈਟ ਕਰ ਰਿਹਾ, ਚੈਟ 'ਚ ਵੀ ਜੀ ਲਿਖ ਰਿਹਾ ਸਪੈਸ਼ਲ, ਜਿਵੇਂ ਮੇਰੇ ਕੋਲ JEE ਮੈਨੂੰ ਪਾਉਣ ਦੀ ਆਦਤ ਹੈ, ਜਾਂ ਤਾਂ ਤੁਸੀਂ ਬਾਕੀ ਰਿਸਪੈਕਟ ਨੋ, ਜੇ ਤੁਹਾਨੂੰ ਵੀ ਮੇਰੇ ਵਾਂਗੂ ਪਤਾ ਵੀ ਆਪਣੀ ਐਡੀ ਔਕਾਤ ਤਾਂ ਹੈ ਨਹੀਂ ਯਾਰ ਵੀ ਆਪਾਂ ਨੂੰ ਜੀ ਲਿਖੀ ਜਾਂਦਾ, ਤਾਂ ਬਾਈ ਜੀ ਹੋ ਸਕਦਾ 4th-5th ਮੈਸੇਜ 'ਚ ਤੁਹਾਨੂੰ ਸਕੈਨਰ ਆ ਜਾਏ, ਜਾਂ ਤਾਂ ਪੈਸੇ ਪਵਾਓ ਨਹੀਂ ਡਿਸ਼ ਰੀਚਾਰਜ ਕਰਾ ਲਓ, ਇਹੋ ਜਿਹੇ ਬੰਦੇ ਦਾ ਪੈਕ ਮੁੱਕਣ ਵਾਲਾ ਹੁੰਦਾ, ਇਹ ਤੋਂ ਵੀ ਬਚੋ, ਸੇਵ ਯੂਅਰ ਮਨੀ ਐਂਡ ਸੇਵ ਯੂਅਰ ਟਾਈਮ ਗਾਈਜ਼। ਚਲੋ ਹੁਣ ਮੇਰਾ ਵੀ ਇਕੱਲੇ ਦਾ ਠੇਕਾ ਨਹੀਂ ਲਿਆ, ਮੈਨੂੰ ਕਿਹੜਾ ਕੋਈ ਅਹੁਦਾ ਦਿੱਤਾ ਹੋਇਆ ਸਰਕਾਰ ਨੇ ਵੀ ਮੈਂ ਤੁਹਾਡਾ ਟਾਈਮ ਬਚਾਉਂਦਾ ਫਿਰਾਂ ਪੈਸੇ, ਪਰ ਮੈਂ ਲਾਸਟ ਇੱਕ ਹੋਰ ਦੱਸ ਦਿੰਦਾ ਤੁਹਾਨੂੰ, ਅਗਰ ਕੋਈ ਬੰਦਾ ਇਹ ਪੁੱਛ ਰਿਹਾ, ਹੋਰ ਬਾਈ ਕੀ ਹਾਲ ਹੈ, ਠੀਕ ਹੈ, ਕਾਲੀ ਕਾਲੀ ਜਿਹੀ 'ਚ ਕਰ ਰਿਹਾ, ਹੋਰ ਕਿੱਧਰ ਸੀ, ਕੱਲ੍ਹ ਮੈਂ ਤੈਨੂੰ ਉੱਥੇ ਬਾ ਹੱਥ ਮਾਰਿਆ ਸੀ ਬਰਨਾਲੇ ਲਾਈਟਾਂ ਜੀ 'ਤੇ ਸੌਦਾ ਲਈ ਆਉਂਦਾ ਸੀ, ਮੈਂ ਵੀ ਲਾ ਲੈਣਾ, ਊਂ ਹੀ ਸਿੱਧਾ ਪ੍ਰਸਾਰਣ ਜਿਹਾ ਚਲਾ ਦੂ 1-2 ਦਿਨਾਂ ਦਾ, ਉਹ ਬੰਦਾ ਵੀ ਕਰੀ ਜਾਂਦਾ, ਹਾਂ 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 ਇਸ ਤੋਂ ਬਾਅਦ ਪੁੱਛੂ, ਅੱਛਾ ਕੱਲ੍ਹ ਦੇ ਕੀ ਰਜੇਵੇਂ ਨੇ, ਇਹ ਕਾਲੀ ਕਾਲੀ 'ਚ ਪੁੱਛੂ ਤੁਹਾਨੂੰ, ਕੱਲ੍ਹ ਦੇ ਕੀ ਰਜੇਵੇਂ ਨੇ, ਬਾਈ 20 ਪੈਸੇ ਤਾਂ ਜਾਂ ਗੱਡੀ ਮੰਗੂ ਬੰਦਾ, ਜਾਂ ਤੁਹਾਨੂੰ ਕਿਸੇ ਰਾਜੀਨਾਮੇ 'ਚ ਨਿਬੇੜੇ 'ਚ ਗਵਾਹ ਬਣਾ ਕੇ ਲਿਆਓ ਗਵਾਹੀ ਤੋਂ, ਇਹ ਤੋਂ ਵੀ ਬਚੋ, ਇਹ ਫੋਨ ਕੱਟਣੇ ਸਿੱਖੋ, ਮੈਂ ਤੁਹਾਨੂੰ 5-6 ਤਰ੍ਹਾਂ ਦੇ ਬੰਦੇ ਦੱਸਤੇ, ਇਹ ਫੋਨਾਂ ਤੋਂ ਜਿੰਨਾ ਹੋ ਸਕਦਾ ਬਚ ਜਾਓ, ਮਾਲ ਖਾਣ ਵਾਲਾ ਬੰਦਾ ਵੀ ਤੁਹਾਡਾ ਦਿਮਾਗ ਚੱਕ ਦੂ, ਅਤੇ ਜਿਹੜਾ ਤੁਹਾਨੂੰ ਬਾਟ ਨਿਬੇੜ ਰਿਹਾ ਉਹ ਵੀ ਤੁਹਾਡਾ ਦਿਮਾਗ ਚੱਕ ਦੂ, ਤੁਸੀਂ ਕੀ ਕਰੋਗੇ ਕਿਤੇ ਸੋਚਿਆ, ਭੈਣੇ ਇਦੋਂ ਤਾਂ ਕਾਲ ਸੈਂਟਰ 'ਚ ਹੀ ਲੱਗ ਜਾਓ, 4 ਰੁਪਈਏ ਤਾਂ ਵੱਟਾਂਗੇ, ਵੇਖੋ ਇੱਥੇ ਹੋ ਯਾਰ, ਇਹ ਫੋਨ ਮੈਂ ਵੀ ਤੋਰੀਏ ਯਾਰ, ਬਿਨਾਂ ਮਤਲਬ ਤੋਂ ਫੋਨ ਲਾ ਕੇ ਟਾਈਮ ਚੱਕਣ ਲੱਗ ਜਾਓ, ਸਾਡੇ ਕੋਲ ਨਹੀਂ ਹੈਗਾ ਟਾਈਮ ਟੂਆ, ਆਪਣਾ ਫੋਨ ਬੰਦ ਕਰਿਆ ਕਰੋ।
ਬੈਂਕਾਂ ਵਾਲੇ ਤਾਂ ਤੁਹਾਨੂੰ ਇਹ ਕਹਿੰਦੇ ਨੇ ਫਰੋਡ ਤੋਂ ਬਚੋ ਵੀ ਜਿਹੜਾ ਫਰੋਡ ਹੋ ਰਿਹਾ ਓ ਟੀ ਪੀ ਨਾ ਸ਼ੇਅਰ ਕਰੋ। ਮੈਂ ਤੁਹਾਨੂੰ ਐਂ ਕਹਿਣਾ ਆਹ ਵੀ ਓ ਟੀ ਪੀ ਨੇ, ਇਹਨਾਂ ਤੋਂ ਵੀ ਬਚੋ ਫਰੋਡ ਤੋਂ, ਇਕੱਠੇ ਹੋਵੋ ਇਹਨਾਂ ਦੇ ਵਿਰੁੱਧ ਮੈਂ ਮਬਿੱਟੀਏ। ਐਨ ਆਰ ਆਈ ਐਤਕੀ ਤੱਕਲੇ ਵਾਂਗੂ ਸਿੱਧੇ ਕਰ ਦੇਣੇ ਨੇ, ਕੋਠੀਆਂ ਦੀਆਂ ਚਾਬੀਆਂ ਲੈਣੇ ਨੇ ਚਾਬੀਆਂ, ਕੋਈ ਦਾਰੂ ਲੋਹਰ ਤੇ ਨਹੀਂ ਮਿਲਣਾ। ਗੱਲਾਂ ਮਾਰਦੇ ਨੇ ਯਾਰ। ਇੰਗਲੈਂਡ ਦੇ ਵਿੱਚ ਸਰਕਾਰੀ ਨੌਕਰੀਆਂ ਮਿਲਦੀਆਂ ਨੇ ਫੋਨ ਸੁਣਨ ਵਾਲਿਆਂ ਨੂੰ। ਸੋ ਇੰਗਲੈਂਡ ਵਾਲੀ ਸਰਕਾਰ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਇੱਥੇ ਪੰਜਾਬ ਵਿਹਲੜ ਭਾਈਚਾਰੇ ਸਾਡੀ ਯੂਨੀਅਨ ਵੱਲੋਂ ਇੱਕ ਮਤਾ ਪਾਉਣ ਲੱਗਿਆ ਜੀ। ਬਾਹਰੋਂ ਕਿਸੇ ਨੇ ਵੀ ਫੋਨ ਕਰਨਾ, ਜਿਵੇਂ ਅੱਗੇ ਇੱਕ ਕਾਰਡ ਮਿਲਦਾ ਹੁੰਦਾ ਸੀ, ਕਹਿੰਦੇ ਵੀ ਉਹ 45 ਮਿੰਟ ਦਾ ਕਾਰਡ ਸੀ, ਵੀ ਉਹਦੇ 'ਤੇ ਗੱਲ 45 ਮਿੰਟ ਹੋਊ ਚਾਹੇ ਤੁਸੀਂ ਸਕਿੰਟ 'ਚ ਕੱਟ ਦਿਉ, ਤਾਂ ਬਾਈ ਜੀ ਅਸੀਂ ਇੱਕ ਕਿਊ ਆਰ ਕੋਡ ਲਾਂਚ ਕਰ ਰਹੇ ਹਾਂ, ਉਹਦੇ 'ਚ ਤੁਸੀਂ $50 ਪਾਓ ਪਹਿਲਾਂ, ਤਾਂ ਸਾਡੇ ਵਿਹੜਿਆਂ ਦਾ ਤੁਹਾਨੂੰ ਘੰਟਾ ਮਿਲੂ ਫੋਨ ਸੁਣਨ ਨੂੰ। ਸਾਡੇ ਵੱਲੋਂ ਤੁਸੀਂ ਟਰੱਕ 'ਤੇ ਹੋ, ਸਾਡੇ ਨਾਲ ਚਾਹੇ ਲਾਇਬ੍ਰੇਰੀ 'ਚ ਬੈਠੇ ਹੋ, ਸਾਨੂੰ ਕਿਹੜਾ ਮੁਸ਼ਕ ਆਉਣਾ, ਚਾਹੇ ਹਸਪਤਾਲ 'ਚ ਪਏ ਹੋ, ਬੋਦੇ 'ਤੇ ਕੁਛ ਕਰੀ ਜਾਓ, ਅਸੀਂ ਹੰਗਾਰੇ ਭਰਾਂਗੇ। ਅਦਰਵਾਈਜ਼ ਬਾਈ ਜੀ, ਕਿਉਂਕਿ ਇੱਧਰਲੇ ਬੰਦੇ ਨੂੰ ਵੀ 4000 ਵੱਟਿਆਂ ਦਾ ਜਾਵੇ, ਸਾਨੂੰ ਫੋਨ ਕਰਨ ਦੀ ਕੋਈ ਲੋੜ ਨਹੀਂ ਯਾਰ। ਬਸ ਭਾਵੇਂ ਨਾ ਡਾਲਰ 60 'ਤੇ ਵੱਗ ਗਿਆ, ਸਾਡੀ ਉਮਰ 35 'ਤੇ ਵੱਗੀ, ਜੇਬ 'ਚ 25 ਨਹੀਂ, ਕਿੱਥੇ ਹੋ ਲਿਆ ਕੇ 3 ਲੋਰਾਂ ਐਡੀਡਾਸ ਦੀਆਂ ਭਾਵੇਂ ਦੇਣਾ ਨੇ ਕੰਗਣ ਕਰਤੀ।